ਤੁਸੀਂ ਕਿਸੇ ਵੀ ਪਾ ਸਕਦੇ ਹੋ ਅਤੇ ਬਣਾਉਣ 'ਚ ਬੜਾ ਈਜ਼ੀ ਹੈ ਅਤੇ ਚਾਰ ਸਿਲਾਈ ਦਾ ਡਿਜ਼ਾਇਨ ਹੈਗਾ ਬਣਾਉਣ 'ਚ ਬੜਾ ਈਜ਼ੀ ਹੈ ਅਤੇ ਹੁਣ ਮੈਂ ਬਣਾਉਣਾ ਦੱਸ ਰਹੀ ਹਾਂ। ਉਹ ਹੋ ਗਿਆ ਇਹ ਚਾਰ ਚਾਰ ਫੰਦਿਆਂ ਦਾ ਡਿਜ਼ਾਇਨ ਪਾਉਣਾ, ਪਹਿਲਾਂ ਤਿੰਨ ਫੰਦੇ ਸਿੱਧੇ ਬੁਣ ਲੈਣੇ, ਦੋ ਤਿੰਨ, ਇੱਕ ਅਸੀਂ ਬਿਨਾਂ ਬੁਣਿਆ ਉਤਾਰਨਾ। ਤਿੰਨ ਫੰਦੇ ਬੁਣਨੇ ਅਤੇ ਚਾਰ ਫੰਦਿਆਂ ਦਾ ਡਿਜ਼ਾਇਨ, ਇੱਕ ਬਿਨਾਂ ਬੁਣਿਆ। ਤਿੰਨ ਫੰਦੇ ਬੁਣ ਲਏ, ਇੱਕ ਬਿਨਾਂ ਬੁਣਿਆ, ਤਿੰਨ ਫੰਦੇ ਲਾਸਟ 'ਚ ਅਸੀਂ ਫਿਰ ਬੁਣਨੇ। ਉਲਟੀ ਸਿਲਾਈ ਵੀ ਅਸੀਂ ਇਸ ਤਰ੍ਹਾਂ ਹੀ ਬੁਣਨੀ, ਜਿਹੜੇ ਫੰਦੇ ਬੁਣੇ ਉਹ ਬੁਣਨੇ, ਜਿਹੜਾ ਉਤਾਰਿਆ ਉਹ ਨਹੀਂ ਬੁਣਨਾ। ਇਹ ਤਿੰਨ ਬੁਣ ਲਏ, ਇਹ ਬਿਨਾਂ ਬੁਣਿਆ, ਤਿੰਨ ਬੁਣ ਲਏ, ਜਿਹੜਾ ਸਿੱਧੇ ਪਾਸੇ ਉਤਾਰਿਆ ਉਲਟੇ ਪਾਸੇ ਵੀ ਉਤਾਰਨਾ। ਹੁਣ ਆ ਗਏ ਤੀਜੀ ਸਿਲਾਈ 'ਤੇ, ਇਹ ਚਾਰ ਸਿਲਾਈ ਦਾ ਪੈਟਰਨ ਹੈ। ਹੁਣ ਸਿਲਾਈ ਅਸੀਂ ਉਲਟਾ ਸਿੱਧਾ ਉਲਟਾ, ਇੱਕ ਫੰਦਾ ਉਲਟਾ ਇੱਕ ਫੰਦਾ ਸਿੱਧਾ, ਇਹ ਪੂਰੀ ਸਿਲਾਈ ਜਿਹੜਾ ਅਸੀਂ ਉਤਾਰਿਆ ਉਹ ਵੀ ਬੁਣਿਆ ਹੈ। ਪੂਰੀ ਸਿਲਾਈ ਇਸ ਤਰ੍ਹਾਂ ਹੀ ਪੈਣੀ ਹੈ, ਉਲਟਾ ਸਿੱਧਾ, ਜਿਵੇਂ ਬਾਰਡਰ ਬਣਾਉਂਦੇ ਹਾਂ ਇੱਕ ਸਿੱਧਾ ਇੱਕ ਉਲਟਾ, ਪੂਰੀ ਸਿਲਾਈ ਇਸ ਤਰ੍ਹਾਂ ਹੀ ਪੈਣੀ ਹੈ। ਹੁਣ ਚੌਥੀ ਸਿਲਾਈ ਹੈ ਲਾਸਟ, ਇਹ ਉਲਟੀ ਪੈਣੀ ਸਾਰੀ। ਉਲਟੀ ਸਿਲਾਈ ਉਲਟੀ ਪੈਣੀ। ਹੁਣ ਅਸੀਂ ਇਹ ਸਿੱਧਾ ਬੁਣਨਾ, ਇਹ ਉਤਾਰਨਾ, ਜਿਹੜੇ ਤਿੰਨ ਸੀ ਜਿਹੜਾ ਪਹਿਲਾਂ ਉਤਾਰਿਆ ਉਹ ਤਿੰਨ ਬੁਣਨਾ। ਹੁਣ ਇਹ ਲਾਸਟ ਹੈ ਪੈਟਰਨ ਦੀ, ਸੋ ਇਹ ਉਤਾਰ ਲਿਆ, ਇੱਕ ਦੋ ਤਿੰਨ, ਇਹ ਉਤਾਰ ਲਿਆ, ਇੱਕ ਦੋ ਤਿੰਨ, ਇਹ ਉਤਾਰ ਲਿਆ। ਰੋਟੀ ਸਿਲਾਈ ਵੀ ਇਸ ਤਰ੍ਹਾਂ ਹੀ ਪੈਣੀ ਸਾਰੀ, ਇਹ ਉਤਾਰ ਲਿਆ, ਤਿੰਨ ਬੁਣ ਲਿਆ, ਇਹ ਉਤਾਰ ਲਿਆ, ਇਹ ਅਸੀਂ ਉਲਟਾ ਬੁਣਨਾ, ਉਹੀ ਰਿਪੀਟ ਕਰਨੀ ਹੈ ਬਸ, ਫੰਦੇ ਚੇਂਜ ਹੋ ਗਏ। ਤਿੰਨਾਂ 'ਚ ਅਸੀਂ ਉਤਾਰਨਾ ਸੀ, ਇੱਕ ਉਲਟਾ ਇੱਕ ਸਿੱਧਾ, ਪੂਰੀ ਸਿਲਾਈ ਇਸ ਤਰ੍ਹਾਂ ਹੀ ਪੈਂਦੀ। ਬਾਰਡਰ ਜਿਵੇਂ ਬਣਾਈਦਾ, ਇੱਕ ਸਿੱਧਾ ਇੱਕ ਉਲਟਾ। ਇਸ ਤਰ੍ਹਾਂ ਇਹ ਡੱਬੀ ਜੀ ਬਣਦੀ ਚਲੀ ਜਾਊਗੀ, ਪਹਿਲਾਂ ਅਸੀਂ ਇਹ ਬਣਾਈ ਸੀ, ਫਿਰ ਇਹ ਬਣੀ ਹੈ, ਇਸ ਤਰ੍ਹਾਂ ਸਾਰਾ ਹੀ ਡਿਜ਼ਾਇਨ ਪੈਣਾ।